ਲੋਕ ਸਭਾ ਚੋਣਾਂ ਦੇ ਚਲਦਿਆਂ ਪਾਰਟੀ ਪ੍ਰਮੁੱਖ ਅਤੇ ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਵੱਲੋਂ ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅਤੇ ਬਠਿੰਡਾ ਤੋਂ ਰਾਜਾ ਵੜਿੰਗ ਨੂੰ ਕਾਂਗਰਸ ਦੀ ਟਿਕਟ ਦਿੱਤੇ ਜਾਣ ਤੇ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਦਾ ਮੈਚ ਫਿਕਸਿੰਗ ਹੈ। ਉਹਨਾਂ ਕਿਹਾ ਕਿ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਦੋਨਾਂ ਦਾ ਆਪਸ ਵਿੱਚ ਸਮਝੌਤਾ ਹੋਇਆ ਹੈ। ਸ਼ੇਰ ਸਿੰਘ ਘੁਬਾਇਆ ਤੇ ਤੰਜ ਕਰਦਿਆਂ ਉਹਨਾਂ ਕਿਹਾ ਕਿ ਲੋਕ ਜਾਣ ਚੁੱਕੇ ਹਨ ਕਿ ਸ਼ੇਰ ਸਿੰਘ ਘੁਬਾਇਆ ਦਾ ਕੀ ਕੰਮ ਹੈ ਅਤੇ ਉਹ ਕੌਣ ਹੈ। ਸੋ ਅੱਜ ਕੱਲਾ ਲੁਧਿਆਣਾ 'ਚ ਨਹੀਂ, ਪੂਰੇ ਪੰਜਾਬ ਦੇ ਅੰਦਰ ਪੰਜਾਬ ਡੈਮੋਕਰੈਟਿਕ ਅਲਾਇੰਸ 13 ਦੀਆਂ 13 ਸੀਟਾਂ ਦੇ ਉੱਤੇ ਬੜਾ ਲੋਕਾਂ ਦੇ ਅੰਦਰ ਰੋਸ ਦੇ ਵਿੱਚੋਂ ਨਿਕਲਿਆ ਹੋਇਆ ਜੋਸ਼ ਹੈ, ਕਿਉਂਕਿ ਬਾਦਲਾਂ ਦੀ ਲੁੱਟ ਤੋਂ ਬਾਅਦ ਉਸੇ ਤਰੀਕੇ ਕਾਂਗਰਸ ਦੀ, ਕੈਪਟਨ ਅਮਰਿੰਦਰ ਅਤੇ ਉਹਨਾਂ ਦੇ ਸਾਥੀਆਂ ਦੀ ਲੁੱਟ। ਅੱਜ PDA ਇਕੱਲਾ ਲੁਧਿਆਣਾ 'ਚ ਨਹੀਂ, ਮੈਂ ਕੱਲ੍ਹ ਖਡੂਰ ਸਾਹਿਬ ਬੀਬੀ ਪਰਮਜੀਤ ਕੌਰ ਖਾਲੜਾ ਦੀ ਕੰਪੇਨ ਲਈ ਜਾ ਕੇ ਲਾਮਿਸਾਲ ਇਕੱਠ, ਮਨਵਿੰਦਰ ਗਿਆਸਪੁਰਾ ਲਾਮਿਸਾਲ, ਸੁਖਪਾਲ ਖਹਿਰਾ ਲਾਮਿਸਾਲ, ਲੁਧਿਆਣਾ ਤੁਸੀਂ ਦੇਖ ਲਿਆ। ਅਨਾਊਂਸਮੈਂਟ ਕੀਤੀ ਅੱਜ ਰਾਜੇ ਵੜਿੰਗ ਦੀ, ਮੈਚ ਫਿਕਸਿੰਗ ਕਾਰਡ ਰਾਜਾ ਵੜਿੰਗ, ਕੀ ਸੈਂਸ ਹੈਗੀ ਆ। ਮੈਚ ਫਿਕਸਿੰਗ ਲੁਧਿਆਣੇ ਹੋਈ, ਮਹੇਸ਼ਿੰਦਰ ਗਰੇਵਾਲ ਕੈਂਡੀਡੇਟ ਨਹੀਂ, ਕਾਰਡ ਨੇ, ਕਿਉਂਕਿ ਰਵਨੀਤ ਬਿੱਟੂ 2017 ਦੇ ਵਿੱਚ ਸੁਖਵੀਰ ਬਾਦਲ ਨੂੰ ਜਿਤਾ ਕੇ ਆਏ ਸੀ ਜਲਾਲਾਬਾਦ ਤੋਂ। ਅਹਿਸਾਨ ਉਦੋਂ ਵੀ ਮੈਚ ਫਿਕਸ ਹੋਇਆ ਅਤੇ ਹੁਣ ਵੀ ਮੈਚ ਫਿਕਸ। ਲੁਧਿਆਣੇ ਦੇ ਵਿੱਚ ਅਕਾਲੀਆਂ ਨੂੰ ਸੁਨੇਹ ਲੱਗਣਿਆ ਵੀ ਕਾਂਗਰਸ ਨੂੰ ਵੋਟਾਂ ਪਾਇਓ, ਰਾਜਾ ਵੜਿੰਗ ਬਠਿੰਡੇ ਖੜਾਤਾ, ਉੱਥੇ ਕਾਂਗਰਸ ਨੂੰ ਸੁਨੇਹ ਲੱਗ ਜਾਣਾ ਵੀ ਤੁਸੀਂ ਅਕਾਲੀਆਂ ਨੂੰ ਵੋਟਾਂ ਪਾ ਦਿਓ। ਇਹ ਮੈਚ ਫਿਕਸਿੰਗ ਕਰਦੇ ਆ, ਪਰ ਇਸ ਵਾਰ ਪੰਜਾਬ ਦਾ ਵੋਟਰ ਬੜਾ ਜਾਗਰੂਕ ਆ, ਕਾਂਟ ਕੀ ਹੰਡੀ ਇੱਕ ਵਾਰ ਚੜ੍ਹਤੀ ਆ ਬਾਰ ਬਾਰ ਨਹੀਂ, ਇਸ ਵਾਰ ਇਹਨਾਂ ਦੀ ਖੇਡ ਖਤਮ। ਗੁਰਦਾਸਪੁਰ ਸੀਟ ਤੋਂ BJP ਵੱਲੋਂ ਫਿਲਮੀ ਅਦਾਕਾਰ ਸਨੀ ਦਿਓਲ ਨੂੰ ਉਤਾਰੇ ਜਾਣ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਵੋਟਰ ਸਭ ਜਾਣਦੇ ਹਨ ਕਿ ਕੌਣ ਕੰਮ ਕਰਨ ਵਾਲਾ ਹੈ। ਇਸ ਦੌਰਾਨ ਉਹਨਾਂ ਨੇ PDA ਦੇ ਕੈਂਡੀਡੇਟ ਦੀ ਤਾਰੀਫ ਕਰਦਿਆਂ ਕਾਂਗਰਸੀ ਸਾਂਸਦ ਸੁਨੀਲ ਜਾਖੜ ਤੇ ਵੀ ਨਿਸ਼ਾਨੇ ਸਾਧੇ। ਅਸਲ 'ਤੇ BJP ਤੇ ਅਕਾਲੀ ਦਲ ਪੰਜਾਬ ਦੇ ਵਿੱਚ ਖਤਮ ਹੋਈ ਖੇਡ ਖੇਡ ਰਹੇ, ਜਿਹੜੀ ਖੇਡ ਖਤਮ ਹੀ ਹੋ ਚੁੱਕੀ ਹੈ। ਮੁਰਦਾ ਹੋਵੇ ਉਹਦੇ ਸਿਰਿੰਜ ਠੋਕੀ ਚਲੋ, ਟੀਕੇ ਲਾਈ ਚਲੋ, ਉਹਦੇ 'ਚ ਜਾਨ ਥੋੜ੍ਹੀ ਪੈਣੀ ਹੈ। ਅੱਜ ਉਹ ਸਨੀ ਦਿਓ ਲੈ ਆਉਣ, ਕਿਸੇ ਨੂੰ ਲੈ ਆਉਣ, ਸਾਡਾ ਉੱਥੇ ਬੜਾ ਜ਼ੁਰਤ ਵਾਲਾ ਕੈਂਡੀਡੇਟ ਆ ਕਾਮਰੇਡਾਂ ਦਾ, ਮੰਗਤ ਰਾਮ ਪਾਸਲਾ ਜੀ ਦਾ ਸਾਥੀ ਹੈ। ਸੋ ਇਹ ਵੋਟਰ ਨੂੰ ਸਿਰਫ ਝੂਠੇ ਲਾਰੇ ਅਤੇ ਵਾਅਦੇ ਦਿਖਾ ਕੇ ਇਲੈਕਸ਼ਨ ਜਿੱਤਣੀ ਚਾਹੁੰਦੇ ਆ, ਪਰ ਇਸ ਵਾਰੀ ਕੰਮ ਚੱਲਣਾ ਨਹੀਂ ਇਹਨਾਂ ਦਾ। ਮੰਡੀਆਂ 'ਚ ਕਿਸਾਨਾਂ ਨੂੰ ਆ ਰਹੀ ਪਰੇਸ਼ਾਨੀ ਤੇ ਉਹਨਾਂ ਕਿਹਾ ਕਿ ਅੱਜ ਸਰਕਾਰ ਦਾ ਕੰਮ ਹੈ ਕਿ ਉਹ ਕਿਸਾਨਾਂ ਦੀ ਪਰੇਸ਼ਾਨੀ ਨੂੰ ਦੂਰ ਕਰੇ। ਸਿੱਖ ਜਥੇਬੰਦੀਆਂ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਤੇ ਅਤੇ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਨੂੰ ਲੈ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਇੱਕ ਸੱਚਾ ਇਮਾਨਦਾਰ ਆਫਿਸਰ ਸੀ ਜਿਸ ਨੂੰ ਹਟਾ ਦਿੱਤਾ ਗਿਆ। ਇਸ ਦੌਰਾਨ ਉਹਨਾਂ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਅੰਦਰ ਸਾਰੀਆਂ ਧਿਰਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਸੀ ਵੀ ਪਾਈ ਹੈ, ਚਿੱਠੀ ਲਿਖ ਕੇ ਭੇਜਿਆ ਵੀ ਕੁੰਵਰ ਵਿਜੇ ਪ੍ਰਤਾਪ ਜੀ, ਗੁਰੂ ਗ੍ਰੰਥ ਸਾਹਿਬ ਅਪਮਾਨ, ਬਹਿਬਲ ਅਤੇ ਬਰਗਾੜੀ ਗੋਲੀ ਕਾਂਡ ਬੜੇ ਇੱਕ ਅਤਿਅੰਤ ਗੰਭੀਰ ਧਾਰਮਿਕ ਮੁੱਦੇ ਦੀ SIT ਦੇ ਹੈੱਡ ਆ, ਬਦਲੀ ਨਾ ਹੋਵੇ। ਪਰ ਇਹ ਬਦਲੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਹੋਈ ਹੈ, ਸੂਬੇ ਦੀ ਸਰਕਾਰ ਦੀ ਸਹਿਮਤੀ ਨਾਲ ਹੋਈ ਹੈ। ਸੂਬੇ ਦੀ ਸਰਕਾਰ ਅਤੇ ਮੁੱਖ ਮੰਤਰੀ ਦੋ ਅੱਖਰ ਲਿਖ ਕੇ ਭੇਜ ਦਿੰਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਬਹੁਤ ਗੰਭੀਰ ਸੰਗੀਨ ਧਾਰਮਿਕ ਮੁੱਦੇ ਨਾਲ ਜੁੜੀ SIT ਦਾ ਹੈੱਡ ਆ, ਕਦੇ ਬਦਲੀ ਹੋ ਹੀ ਨਹੀਂ ਸੀ ਸਕਦੀ। ਕੈਪਟਨ ਅਤੇ ਬਾਦਲ ਦੀ ਸੰਧੀ, ਕੈਪਟਨ ਸਾਹਿਬ ਬਾਦਲਾਂ ਨੂੰ ਬਚਾਉਣ ਵਾਸਤੇ ਤਰਲੋ ਮੱਛੀ ਹੈ ਵੀ ਕਿਹੜੇ ਤਰੀਕੇ ਬਚਾ ਲਾਂ, ਪਰ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਜਿਹੜੇ ਬੰਦੇ ਨੇ ਗੁਰੂ ਦੇ ਨਾਲ ਮੱਥਾ ਲਾਇਆ, ਚਾਹੇ ਉਹ ਮੱਸਾ ਰੰਗੜ ਹੈ, ਚਾਹੇ ਉਹ ਜ਼ਕਰੀਆ ਖਾਨ ਹੈ, ਉਹਦਾ ਖਾਨਦਾਨ ਤਬਾਹ ਹੋਇਆ।
ਤੇ ਤੁਸੀਂ ਇਹ ਸੱਚਾਈ ਹੈਗੀ ਆਉਣ ਵਾਲੇ ਦਿਨਾਂ 'ਚ ਦੇਖ ਲਓਗੇ 60 ਤੋਂ 14 ਲੋਕ ਸਭਾ ਇਲੈਕਸ਼ਨ 23 ਤਰੀਕ ਨੂੰ ਰਿਜ਼ਲਟ ਆਉਣਿਆ ਪੰਜਾਬ ਦੇ ਵਿੱਚੋਂ ਬਾਦਲਾਂ ਦਾ ਪੱਕੇ ਤੌਰ 'ਤੇ ਬੋਰੀਆ ਬਿਸਤਰਾ ਗੋਲ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।